ਆਲੇ ਦੁਆਲੇ ਪਿੰਡਾਂ ਦੇ ਕਈ ਹੋਰ ਮੁਸਲਮਾਨ ਲੋਕ ਆਪਣੇ ਬਚਾਓ ਲਈ ਸਨੌਰ ਆਉਣੇ ਸ਼ੁਰੂ ਹੋ ਗਏ ਸਨ। ਸਨੌਰ ਵਿੱਚ ਕਈ ਦਿਨ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। सनौर कई रिफ्यूजी जट भरावां मुसलमानों के छड़े चंगे घर बच्चों पुराने चंगे पिछले समय दियां बार बार गल्लां करते रहिंदे सन।